ਪਟਿਆਲਾ ਵਿਖੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਉੱਪਰ ਕੀਤੇ ਗਏ ਪੁਲਿਸ ਤਸ਼ੱਦਦ ਦੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੇ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੂਹਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਦੇ ਉੱਤੇ ਰੋਸ ਮੁਜ਼ਾਹਰੇ ਦੀ ਅਗਵਾਈ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਕੌਰ ਚਹਿਲ ਅਤੇ ਜਨਰਲ ਸਕੱਤਰ ਹਰਜਿੰਦਰ ਕੌਰ ਨੇ ਕਿਹਾ ਕਿ ਵਰਕਰਾਂ ਤੇ ਹੈਲਪਰਾਂ ਦੇ ਵੱਲੋਂ ਪਟਿਆਲਾ ਦੇ ਵਿਖੇ ਰੋਸ ਮੁਜ਼ਾਹਰਾ ਕਰਦਿਆਂ ਆਪਣੀਆਂ ਜਾਇਜ਼ ਮੰਗਾਂ ਦੀ ਪੂਰਤੀ ਦੇ ਲਈ ਧਰਨਾ ਦਿੱਤਾ ਗਿਆ ਸੀ, ਪਰ ਮੁੱਖ ਮੰਤਰੀ ਨੇ ਬਜਾਏ ਮੰਗਾਂ ਪੂਰੀਆਂ ਕਰਨ ਦੇ ਵਰਕਰਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਅਤੇ ਤਸ਼ੱਦਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰ 75% ਗ੍ਰੈਜੂਏਟ ਨੇ ਅਤੇ 25% ਪਲੱਸ ਟੂ ਨੇ ਅਤੇ ਪ੍ਰੀ ਸਿੱਖਿਆ ਦੇ ਲਈ ਤਜਰਬੇਕਾਰ ਵੀ ਨੇ। ਹਰ ਸਾਲ ਸੈਮੀਨਾਰ ਅਤੇ ਰਿਫਰੈਸ਼ਰ ਕੋਰਸਾਂ ਦੇ ਰਾਹੀਂ ਵਰਕਰਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਉਹ ਨਰਸਰੀ ਕਲਾਸਾਂ ਦਾ ਵਿਰੋਧ ਨਹੀਂ ਕਰਦੇ, ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਨੇ। ਜੇਕਰ ਸਰਕਾਰ ਦਾ ਫੈਸਲਾ ਲਾਗੂ ਹੁੰਦਾ ਹੈ ਤਾਂ ਜਿੱਥੇ 54,000 ਆਂਗਣਵਾੜੀ ਵਰਕਰ ਬੇਰੋਜ਼ਗਾਰ ਹੋ ਜਾਣਗੇ, ਉੱਥੇ ਹੀ ਕਈ ਲੱਖਾਂ ਬੱਚਿਆਂ ਦਾ ਭਵਿੱਖ ਵੀ ਖਤਰੇ ਦੇ ਵਿੱਚ ਪੈ ਜਾਂਦਾ ਹੈ, ਕਿਉਂਕਿ ਸਰਕਾਰ ਸਕੂਲਾਂ ਦੇ ਵਿੱਚ ਪਹਿਲਾਂ ਹੀ ਹੋਰ ਕੰਮਾਂ ਦਾ ਬੋਝ ਬਣਾ ਕੇ ਰੱਖਦੀ ਹੈ, ਜਿਸ ਕਰਕੇ ਪੜ੍ਹਾਈ ਦਾ ਤਾਂ ਸਮਾਂ ਹੀ ਨਹੀਂ ਮਿਲ ਪਾਉਂਦਾ। ਉਨ੍ਹਾਂ ਸਰਕਾਰੀ ਸਕੂਲ ਬੰਦ ਕਰਨ, ਨਰਸਰੀ ਕਲਾਸਾਂ ਆਂਗਣਵਾੜੀ ਸੈਂਟਰਾਂ ਦੇ ਕੋਲ ਹੀ ਰਹਿਣ ਦੀ ਮੰਗ ਕੀਤੀ ਹੈ। ਸਾਡੀ ਡਿਮਾਂਡ ਇਹੀ ਹੈ ਜੀ, ਜਿਹੜੀਆਂ ਸਰਕਾਰ ਨੇ ਪ੍ਰੀ ਸਕੂਲ ਕਲਾਸਾਂ ਜਿਹੜੀਆਂ ਪ੍ਰਾਇਮਰੀ ਸਕੂਲਾਂ ਦੇ ਵਿੱਚ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ, 3 ਤੋਂ 6 ਸਾਲ ਦੇ ਬੱਚੇ ਸਾਰੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਜਾ ਰਹੇ ਹੈ, ਕਿਉਂਕਿ ਪਹਿਲਾਂ ਤੋਂ ਆਂਗਣਵਾੜੀ ਸੈਂਟਰ 42 ਸਾਲ ਦੇ ਖੁੱਲ੍ਹੇ ਹੋਏ ਹੈ, ਜਿੱਥੇ ਸਾਰੀਆਂ ਹੀ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਦੇ ਰਹੇ ਹਾਂ, ਗਰਭਵਤੀ ਔਰਤਾਂ, ਨਰਸਿੰਗ, ਇਹਨਾਂ ਨੂੰ ਅਸੀਂ ਫੀਡ ਵੀ ਦੇ ਰਹੇ ਹਾਂ। ਸਾਡਾ ਸੰਘਰਸ਼ ਇਸ ਲਈ ਤੇਜ਼ ਹੋਇਆ ਕਿਉਂਕਿ ਸਾਡਾ ਰੁਜ਼ਗਾਰ ਖੋਇਆ ਜਾ ਰਿਹਾ। ਹੁਣ ਜਿਹੜਾ ਤੁਹਾਡਾ ਹੁਣ ਜਿਹੜਾ ਕਾਰਨ ਕੀ ਹੈਗਾ, ਜਿਹੜਾ ਪਟਿਆਲੇ ਹੋਈ ਘਟਨਾ ਜਾਂ ਉਹਦੇ ਬਾਰੇ ਕੀ ਹੈ? ਅਸੀਂ ਪਟਿਆਲੇ ਦੇ ਵਿੱਚ ਇਹੀ ਧਰਨਾ ਲਾ ਕੇ ਬੈਠੇ ਸੀ ਵੀ ਸਾਡਾ ਰੁਜ਼ਗਾਰ ਨਹੀਂ ਖੋਣ ਦਿੱਤਾ ਜਾਵੇਗਾ। ਅਸੀਂ ਸਰਕਾਰ ਨੂੰ ਆਪਣੀਆਂ ਮੰਗਾਂ ਦੱਸ ਰਹੇ ਸੀ, ਪਰ ਉਹਨਾਂ ਨੇ ਸਾਡੇ ਨਾਲ ਬਹੁਤ ਹੀ ਧੱਕੇਸ਼ਾਹੀ ਕੀਤੀ ਹੈ। ਰਾਤ ਨੂੰ 11:30 ਵਜੇ ਸਾਡੇ ਤੇ ਲਾਠੀਚਾਰਜ ਹੋਇਆ, ਪਾਣੀ ਦੀਆਂ ਵਿਛਾੜਾਂ ਛੱਡੀਆਂ ਗਈਆਂ ਤੇ 9 ਕੁੜੀਆਂ ਸਾਡੀਆਂ ਅਰੈਸਟ ਕੀਤੀਆਂ ਗਈਆਂ, ਜੋ ਕਿ ਸਾਡੀਆਂ ਜਾਇਜ਼ ਮੰਗਾਂ 3 ਤੋਂ 6 ਸਾਲ ਦੇ ਬੱਚੇ ਸਾਡੇ ਕੋਲੇ ਵਾਪਸ ਆਉਣੇ ਚਾਹੀਦੇ ਆ। ਜੇ ਨਹੀਂ ਮੰਨਦੀ ਸਰਕਾਰ ਇਹ ਮੰਗਾਂ ਤਾਂ ਜਿਹੜਾ ਅਗਲਾ ਐਕਸ਼ਨ ਹੈਗਾ ਉਹ ਕੀ ਹੋਊਗਾ? ਅਸੀਂ ਆਪਣਾ ਸੰਘਰਸ਼ ਹੋਰ ਤੇਜ਼ ਕਰਾਂਗੇ ਜੀ। 2 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਚੱਕਾ ਜਾਮ ਹੈ, 11 ਤਰੀਕ ਨੂੰ ਤਾਂ ਸਾਡਾ ਦਿੱਲੀ ਦਾ ਪ੍ਰੋਗਰਾਮ ਹੈ, ਸੰਸਦ ਦਾ ਘਿਰਾਓ ਕਰਾਂਗੇ। ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਦੋਂ ਤੱਕ ਅਸੀਂ ਆਪਦਾ ਸੰਘਰਸ਼ ਜਾਰੀ ਰੱਖਾਂਗੇ। ਸਰਕਾਰ ਨੇ ਜਦੋਂ ਕੈਪਟਨ ਸਰਕਾਰ ਆਈ ਹੈਗੀ ਆ ਉਦੋਂ ਵੀ ਸੇਮ ਜਿਹੜਾ ਪ੍ਰੋਸੀਜਰ ਇੱਕ ਵਾਰੀ ਫੋਲੋ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਦੋਂ ਵੀ ਤੁਹਾਡਾ ਸੰਘਰਸ਼ ਹੋਇਆ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਇਹ ਲਾਅ ਹੈਗਾ ਨੋਟੀਫਿਕੇਸ਼ਨ ਹੈ ਵਾਪਸ ਲੈ ਲਿਆ ਸੀਗਾ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਇਸ ਵਾਰੀ ਵਾਲਾ ਸੰਘਰਸ਼ ਕਿੱਥੋਂ ਤੱਕ ਲੈ ਕੇ ਜਾਣਾ? ਇਸ ਵਾਰੀ ਵਾਲਾ ਸੰਘਰਸ਼ ਸਾਡਾ ਆਰ ਜਾਂ ਪਾਰ ਦੀ ਲੜਾਈ ਹੋਣੀ ਹੈ ਜੀ। ਇਸ ਵਾਰੀ ਵਾਲਾ ਸੰਘਰਸ਼ ਅਸੀਂ ਬਹੁਤ ਤੇਜ਼ ਕਰ ਰਹੇ ਹਾਂ, ਅਸੀਂ ਸਮੇਤ ਪਰਿਵਾਰ ਦਿੱਲੀ ਤੱਕ ਜਾਵਾਂਗੇ, ਕਿਉਂਕਿ ਅਸੀਂ ਆਪਦੇ ਬੱਚਿਆਂ ਦੇ ਮੂੰਹ 'ਚੋਂ ਰੋਟੀ ਨਹੀਂ ਖਾਣ ਦੇਣੀ ਸਰਕਾਰ ਨੂੰ। ਅਸੀਂ 42-42 ਸਾਲ ਤੋਂ ਕੰਮ ਕਰ ਰਹੇ ਹਾਂ, ਸਾਰੇ ਪੜ੍ਹੇ ਲਿਖੇ ਐਜੂਕੇਟਡ ਨੇ, ਕੋਈ ਇਹਦੇ ਵਿੱਚ ਇਹ ਨਹੀਂ ਘੱਟ ਪੜ੍ਹੀਆਂ ਲਿਖੀਆਂ। ਨਿਤਿਸ਼ ਕੁਮਾਰ ਦਾ ਬਿਆਨ ਸੀ ਕਿ 25% ਵਰਕਰਾਂ ਪੜ੍ਹੀਆਂ ਲਿਖੀਆਂ, ਬਾਕੀ ਸਾਰੀਆਂ 10ਵੀਂ ਜਾਂ ਪਲੱਸ ਟੂ ਹੈ। ਅਸੀਂ ਉਸ ਦਾ ਖੰਡਨ ਕਰਦੇ ਹਾਂ ਕਿ 75% ਵਰਕਰਾਂ ਜਿਹੜੀਆਂ ਉਹ ਐਮ ਏ ਬੀ ਐਡ ਹੈ, 25% ਹੀ ਜਿਹੜੀਆਂ ਪੁਰਾਣੀਆਂ ਲੱਗੀਆਂ ਹੋਈਆਂ ਉਹ 10ਵੀਂ ਅਤੇ ਪਲੱਸ ਟੂ ਕੀਤੀਆਂ ਹੋਈਆਂ। ਸਰਕਾਰ ਸਾਨੂੰ ਇਗਨੋਰ ਨਹੀਂ ਕਰ ਸਕਦੀ, ਜਦ ਤੱਕ ਟੇਬਲ ਟਾਕ ਨਹੀਂ ਹੁੰਦੀ ਸਾਡੇ ਨਾਲ ਸਾਡਾ ਸੰਘਰਸ਼ ਜਾਰੀ ਰਹਿਣਾ ਹੈ। ਅਸੀਂ ਇਹੀ ਉਮੀਦ ਕਰਦੇ ਹਾਂ ਸਰਕਾਰ ਤੋਂ ਵੀ ਸਾਡੀਆਂ ਮੰਗਾਂ ਜਿਹੜੀਆਂ ਜਲਦ ਤੋਂ ਜਲਦ ਮੰਨੀਆਂ ਜਾਣ, ਨਹੀਂ ਤਾਂ ਫਿਰ ਸਰਕਾਰ ਜ਼ਿੰਮੇਵਾਰ ਹੋਵੇਗੀ। ਮੇਰਾ ਨਾਂ ਹਰਜਿੰਦਰ ਕੌਰ ਹੈ, ਮੈਂ ਜ਼ਿਲ੍ਹਾ ਜਨਰਲ ਸਕੱਤਰ ਸੂਬਾ ਕਮੇਟੀ ਮੈਂਬਰ ਹਾਂ। ਸਰਕਾਰ ਨੇ 3 ਸਵਾਵਾਂ ਤੇ ਸਾਡੀਆਂ ਪਹਿਲਾਂ ਹੀ ਖੋਲੀਆਂ, ਅਖੀਰ ਨੂੰ ਸਾਡੇ ਕੋਲ ਇਹ ਹੁਣ ਜਿਹੜੇ ਬੱਚੇ ਵੀ ਸਰਕਾਰ ਖੋ ਰਹੀ ਹੈ, ਇਹ ਜਿਹੜੇ ਬਹੁਤ ਹੀ ਗਲਤ ਹੋ ਰਿਹਾ ਵਰਕਰਾਂ ਦੇ ਮੂੰਹ 'ਚੋਂ ਰੋਟੀ, ਬੱਚਿਆਂ ਦੇ ਮੂੰਹ 'ਚੋਂ ਰੋਟੀ, 27,000 ਲੱਖ ਆਂਗਣਵਾੜੀ ਵਰਕਰਾਂ ਜਿਹੜੀਆਂ ਨੇ ਬੇਰੁਜ਼ਗਾਰ ਕਰਨ ਜਾ ਰਹੀ ਹੈ।
ਇਹਦੇ ਤੇ ਸਾਨੂੰ ਬਹੁਤ ਹੀ ਜ਼ਿਆਦਾ ਗੁੱਸਾ ਵੇ। ਹੈਰਾਨੀ ਇਸ ਗੱਲ ਦੀ ਇਹ ਵੀ ਦੇਖੋ ਵੀ ਸਾਰੇ ਵੀ ਜਿਹੜੇ ਵੀ ਜਦੋਂ ਵੋਟਾਂ ਹੁੰਦੀਆਂ ਨੇ ਉਦੋਂ ਸਾਡੇ ਘਰਾਂ ਦੇ ਵਿੱਚ ਆ ਕੇ ਮੰਤਰੀ ਕੀ MLA ਕੀ ਜਿਹੜਾ ਵੀ ਵੋਟਾਂ ਲੈਣਾ ਚਾਹੁੰਦਾ ਹੈ ਸਾਡੇ ਘਰਾਂ ਤੱਕ ਆ ਕੇ ਗੇਟ ਖੜਕਾਉਂਦੇ ਨੇ, ਸਾਡੀਆਂ ਮਿੰਨਤਾਂ ਕਰਦੇ ਨੇ। ਅੱਜ ਸਾਡੇ ਨਾਲ ਕੋਈ ਵੀ ਖਲੋਤਾ ਨਹੀਂ ਹੈਗਾ, ਕਿਸੇ ਨੇ ਸਾਡੇ ਨਾਲ ਹਾਂ ਦਾ ਨਾਰਾ ਨਹੀਂ ਮਾਰਿਆ ਵੀ ਤੁਹਾਡੇ ਨਾਲ ਗਲਤ ਹੋ ਰਿਹਾ ਵੇ। ਇਸ ਗੱਲ ਦਾ ਸਾਨੂੰ ਬਹੁਤ ਜ਼ਿਆਦਾ ਗੁੱਸਾ ਵੇ। ਸਾਡੇ ਜ਼ਿਲ੍ਹੇ ਸਾਡੇ ਮੰਤਰੀ ਵੀ ਚੁੱਪਧਾਰੀ ਬੈਠੇ ਨੇ, ਸਾਨੂੰ ਇਸ ਗੱਲ ਦਾ ਬਹੁਤ ਹੀ ਜ਼ਿਆਦਾ ਗੁੱਸਾ ਵੇ। ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਅਸੀਂ ਚੰਗੇ ਲੱਗਦੇ ਹਾਂ, ਅੱਜ ਅਸੀਂ ਇਹਨਾਂ ਨੂੰ ਮਾੜੇ ਲੱਗਦੇ ਹਾਂ। ਅੱਜ ਸਾਡੇ ਤੇ ਲਾਠੀ ਚਾਰਜ ਕਰਦੇ ਨੇ ਪਏ, ਅੱਜ ਸਾਡੀਆਂ ਇਹ ਗੁੱਤਾਂ ਪੁੱਟਦੇ ਨੇ, ਸਾਡੀਆਂ ਚੁੰਨੀਆਂ ਰੋਲਦੇ ਨੇ ਪਏ। ਅੱਜ ਕਿੱਥੇ ਗਈ ਇਹਨਾਂ ਦੀ ਬੇਟੀ ਬਚਾਓ ਬੇਟੀ ਪੜਾਓ ਸਕੀਮ? ਅੱਜ ਨਹੀਂ ਇਹ ਬੋਲ ਰਹੇ ਕੁਛ, ਅੱਜ ਨਹੀਂ ਕੋਈ ਬਿਆਨ ਦੇ ਰਹੇ ਹੈਗੇ। ਅਸੀਂ ਕਿਸੇ ਦੀਆਂ ਬੇਟੀਆਂ ਨਹੀਂ ਹੈਗੀਆਂ, ਅਸੀਂ ਕਿਸੇ ਦੀਆਂ ਧੀਆਂ ਨਹੀਂ ਹੈਗੀਆਂ, ਜਿਨ੍ਹਾਂ ਨੂੰ ਅੱਜ ਸੜਕਾਂ ਤੇ ਰੋਲ ਰਹੇ ਨੇ ਇਹ। ਮੋਦੀ ਜੀ ਕਹਿੰਦੇ ਆ ਵੀ ਘਰ ਘਰ ਸ਼ੌਚਾਲੇ ਬਣਨਾ ਚਾਹੀਦਾ ਹੈ, ਜਦਕਿ ਉੱਥੇ ਧਰਨੇ ਤੇ ਜਿੰਨੀਆਂ ਵੀ ਔਰਤਾਂ ਨੇ ਸਾਰੀਆਂ ਬਾਹਰ ਪਖਾਨਾ ਜਾਣ ਲਈ ਮਜਬੂਰ ਹੋ ਰਹੀਆਂ ਨੇ। ਉਦੋਂ ਸ਼ਰਮ ਨਹੀਂ ਆਉਂਦੀ ਨੇਤਾਵਾਂ ਨੂੰ? ਉਦੋਂ ਕਿੱਥੇ ਜਾਂਦੇ ਆ ਮੋਦੀ ਸਾਹਿਬ, ਕਿੱਥੇ ਜਾਂਦੇ ਆ ਉਹਨਾਂ ਦੇ ਕਾਨੂੰਨ ਨਿਯਮ? ਉਦੋਂ ਕਿੱਥੇ ਜਾਂਦੀਆਂ ਉਹਨਾਂ ਦੀਆਂ ਇਹ ਨਿਯਮ ਤੇ ਇਹ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ? ਸ੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਢੁੱਡੀ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ।